ਉਤਨ ਦਿਨਾਂ ਤੋਂ ਪੋਸਟ ਅਟੈਕ ਹੋ ਰਹੀਆਂ ਸੀ ਮੈਨੂੰ ਵੀ ਨਹੀਂ ਸੱਚ ਆ ਰਿਹਾ ਸੀ ਵੀ ਕਮਲ ਦੀ ਪੋਸਟ ਜਾਂ ਆਰ ਆਈ ਪੀ ਜੋ ਵੀ ਲਿਖ ਕੇ ਕਿਉਂ ਪਾਈ ਹੋਈ ਹੈ ਫਿਰ ਮਾਰਨਿੰਗ ਮੇਰੀ ਉਹਦੇ ਬ੍ਰਦਰ ਨਾਲ ਗੱਲ ਹੋਈ ਸੀ ਉਹਦੇ ਇੰਸਟਾਗ੍ਰam ਆਈਡੀ ਤੇ ਜਿੱਦਾਂ ਮੈਂ ਸਕਰੀਨਸ਼ਾਟ ਵੀ ਪਾਇਆ ਕਈ ਹਾਂਜੀ ਦੋਸਤੋ ਕਮਲ ਕੌਰ ਦੀ ਦੋਸਤ ਸਰਲੀਨ ਨੇ ਉਸ ਦੀ ਮੌਤ ਦੇ ਬਾਰੇ ਐਮ ਖੁਲਾਸੇ ਕੀਤੇ ਹਨ ਸਰਲੀਨ ਨੇ ਆਪਣੀ ਤੇ ਕਮਲ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕੁਝ ਦਿਨ ਪਹਿਲਾਂ ਮਿਲ ਕੇ ਗਈ ਮੈਨੂੰ ਮੈਂ ਕਮਲ ਨੂੰ ਇਹੋ ਕਹੀ ਗਈ ਜੋ ਸੋਸ਼ਲ ਮੀਡੀਆ ਤੇ ਤੈਨੂੰ ਜਾਣਦੇ ਆ ਕਮਲ ਤੂੰ ਉਹ ਕਮਲ ਬਿਲਕੁਲ ਨਹੀਂ ਆ ਪਤਾ ਨਹੀਂ ਦਿਲ ਚ ਕੀ ਕੀ ਲੈ ਗਈ ਨਾਲ ਕਮਲ ਦੀ ਮੌਤ ਤੇ ਲੋਕ ਉਸ ਦਾ ਯਕੀਨ ਨਹੀਂ ਕਰ ਰਹੇ ਸਨ ਤੇ ਸਰਲੀਨ ਨੂੰ ਝੂਠੀ ਦੱਸ ਰਹੇ ਸਨ ਉਸ ਤੋਂ ਬਾਅਦ ਸਰਲੀਨ ਨੇ ਕਮਲ ਦੇ ਭਰਾ ਦੇ ਨਾਲ ਗੱਲ ਕੀਤੀ ਸਰਲੀਨ ਨੇ ਕਮਲ ਦੇ ਭਰਾ ਦੇ ਨਾਲ ਗੱਲ ਕੀਤੀ ਤੇ ਲਿਖਿਆ 브ਦਰ ਆ ਕਮਲ ਕਿੱਥੇ ਆ ਮਜਾਕ ਤਾਂ ਨਹੀਂ ਕਰ ਰਹੇ ਯਾਰ ਮੈਨੂੰ ਲੋਕ ਤੰਗ ਕਰ ਰਹੇ ਨੇ ਕੱਲ ਦੇ ਉਸਦੇ ਬ੍ਰਦਰ ਨੇ ਕਿਹਾ ਯਾ ਸਿਸਟਰ ਬ੍ਰਦਰ ਮੈਨੂੰ ਫੋਨ ਕਰੋ ਪਲੀਜ਼ ਉਸਨੇ ਲਿਖਿਆ ਡੈਥ ਮੈਂ ਸ਼ੌਕਡ ਹਾਂ ਪਲੀਜ਼ ਕਮਲਕੌਰ ਦੇ ਅਫੀਸ਼ੀਅਲ ਅਕਾਊਂਟ ਦੇ ਉੱਪਰ ਆਰ ਆਈ ਪੀ ਕਮਲਕੌਰ ਲਿਖ ਕੇ ਇਹ ਪੋਸਟ ਸ਼ੇਅਰ ਕੀਤੀ ਗਈ ਸੀ ਹਾਂਜੀ ਦੋਸਤੋ ਸਲੀਨ ਕੌਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕਮਲ ਕੌਰ ਦੀ ਫੋਟੋ ਸ਼ੇਅਰ ਕੀਤੀ ਤੇ ਉਸਨੇ ਵੀਡੀਓ ਦੇ ਵਿੱਚ ਇਹ ਦੱਸਿਆ ਕਿ ਕਮਲ ਕੌਰ ਦੀ ਡੈਥ ਹੋ ਚੁੱਕੀ ਹੈ ਪਰ ਕੁਝ ਸਮੇਂ ਬਾਅਦ ਜਦੋਂ ਮੈਂ ਸਲੀਨ ਦਾ ਅਕਾਊਂਟ ਚੈੱਕ ਕੀਤਾ ਤਾਂ ਉਸਨੇ ਉਹ ਸਾਰੀਆਂ ਫੋਟੋਆਂ ਤੇ ਪੋਸਟਸ ਡਿਲੀਟ ਕਰ ਦਿੱਤੀਆਂ ਸਨ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਕਮਲ ਕੌਰ ਹੁਣ ਨਹੀਂ ਰਹੀ ਬਾਕੀ ਇਸ ਦੇ ਬਾਰੇ ਸਪਸ਼ਟਿਕਰ ਨਹੀਂ ਹੋਇਆ ਕਿ ਕਮਲ ਕੌਰ ਜ਼ਿੰਦਾ ਹੈ ਜਾਂ ਕਮਲ ਕੌਰ ਦੀ ਡੈਥ ਹੋ ਚੁੱਕੀ